ਇਸ ਦੇ ਉੱਤੇ ਮੈਂ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਇਹ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ ਔਰ ਹੁਣ ਜੋ ਕਾਨੂੰਨ ਡਿਸਾਈਡ ਕਰੇਗਾ ਉਹੀ ਹੋਏਗਾ। ਤੁਹਾਡੀ ਰਾਏ ਮੁਤਾਬਕ ਕੀ ਲੱਗਦਾ ਜੀ? ਮੇਰੀ ਰਾਏ ਹੈ ਨਹੀਂ, ਮੈਂ ਲਾਇਰ ਨਹੀਂ ਹਾਂ ਜੀ। ਉਹ ਕਹਿੰਦੇ ਬੀਜੇਪੀ ਕਰਾ ਰਹੀ ਹੈ ਸਾਰਾ ਕੁਝ, ਜੋ ਕੁਝ ਕਰਾ ਰਹੀ ਆ ਬੀਜੇਪੀ ਕਰਾ ਰਹੀ ਹੈ, ਤੁਸੀਂ ਵੀ ਹੁਣ ਬੀਜੇਪੀ 'ਚ ਸ਼ਾਮਿਲ ਹੋ ਚੁੱਕੇ ਹੋ, ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਜਿਹੜੇ ਵੀ ਵਿਧਾਇਕ ਨੇ ਜਾਂ ਮੰਤਰੀ ਨੇ ਉਹੀ ਗੱਲ ਕਹਿ ਰਹੇ, ਧਰਨਾ ਚੱਲ ਰਹੇ ਮੋਹਾਲੀ। ਚਲੋ ਉਹ ਤਾਂ ਪੋਲੀਟੀਸਾਈਜ਼ ਕਰ ਰਹੇ ਹੈ, ਇਹ ਈਡੀ ਦਾ ਮਾਮਲਾ ਹੈ ਜੀ, ਇਹ ਇਹੋ ਜਿਹਾ ਜਿਹੜਾ ਮਾਮਲਾ ਹੈ, ਜਿਹੜੀ ਮਰਜ਼ੀ ਤੁਸੀਂ ਪਾਰਟੀ ਨੂੰ ਬਿਲੋਂਗ ਕਰੋ, ਜੋ ਵੀ ਹੈ, ਜੋ ਗਵਰਨਮੈਂਟ ਦਾ ਕੰਮ ਹੈ ਉਹ ਗਵਰਨਮੈਂਟ ਕਰ ਰਹੀ ਹੈ। ਅਰਵਿੰਦ ਕੇਜਰੀਵਾਲ ਦੀ ਜਿਹੜੀ ਗ੍ਰਿਫਤਾਰੀ ਹੈ ਉਹਦੇ ਸੰਬੰਧ 'ਚ ਕੀ ਕਹਿਣਾ ਚਾਹੋਗੇ? ਦੇਖੋ, ਕਿਸੇ ਵਜ੍ਹਾ ਕਰਕੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ, ਕੋਰਟ ਦੇ ਵਿੱਚ ਬਹਿਸ ਹੋ ਰਹੀ ਹੈ ਇਸ ਟਾਈਮ, ਔਰ ਕੋਈ ਉਹਨਾਂ ਨੇ ਸਬੂਤ ਲੈ ਕੇ ਹੀ ਇੱਕ ਚੀਫ ਮਿਨਿਸਟਰ ਨੂੰ ਗ੍ਰਿਫਤਾਰ ਕੀਤਾ ਹੈ। ਤਾਂ ਦੇਖੋ ਕੋਰਟ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ, ਉਹ ਦੇਖਦੇ ਹਾਂ। ਪਹਿਲੇ ਤਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਕੋਈ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੁੰਦਾ, ਔਰ ਜੇ ਇਹ ਬੀਜੇਪੀ ਦੀ ਸਰਕਾਰ ਹੈ, ਇਹ ਸਰਕਾਰ ਦੀ ਹੀ ਇੱਕ ਏਜੰਸੀ ਈਡੀ ਜਿਹੜੀ ਇੰਡੀਪੈਂਡੈਂਟਲੀ ਕੰਮ ਕਰਦੀ ਹੈ, ਉਹਨਾਂ ਨੇ ਸਾਰੇ ਸਬੂਤ ਲੈ ਕੇ 9 ਵਾਰ ਇਹਨੂੰ ਬੁਲਾਇਆ, ਇਹ ਗਿਆ ਨਹੀਂ। ਕਿਉਂ ਨਹੀਂ ਗਿਆ? ਜੇ ਬਿਲਕੁਲ ਨਿਰਦੋਸ਼ ਸੀ ਤਾਂ ਜਾ ਕੇ ਪੇਸ਼ ਕਰ ਦਿੰਦਾ, ਅਤੇ ਇਹ ਨੌਬਤ ਵੀ ਨਾ ਆਉਂਦੀ ਅੱਜ। ਸੋ ਜੋ ਹੋ ਰਿਹਾ ਹੈ ਉਹ ਕਾਨੂੰਨ ਦੇ ਰਾਹੀਂ ਹੋ ਰਿਹਾ ਹੈ, ਔਰ ਮੈਂ ਤਾਂ ਕਹਿਣਾ ਚਾਹੁੰਦੀ ਹਾਂ ਭਗਵੰਤ ਮਾਨ ਜੀ ਨੂੰ ਕਿ ਇੱਥੇ ਵੀ ਤੁਸੀਂ ਕਾਂਗਰਸ ਵਾਲਿਆਂ ਨੂੰ, ਦੂਜਿਆਂ ਨੂੰ ਇਸ ਤਰ੍ਹਾਂ ਹੀ ਚੱਕ ਚੱਕ ਕੇ ਲੈ ਕੇ ਅੰਦਰ ਗਏ ਹੋ, ਤਾਂ ਹੁਣ ਉੱਥੇ ਕਿਉਂ ਰੋ ਰਹੇ ਹੋ ਤੁਸੀਂ? ਦੇਖੋ, ਮੇਰੇ ਮੁਤਾਬਕ ਇਹ ਲੈਟਰ ਨਹੀਂ ਆਉਣਾ ਚਾਹੀਦਾ ਸੀ, ਕਿਉਂਕਿ ਇਹ ਪਤਾ ਨਹੀਂ ਕੋਈ ਕਾਨੂੰਨ ਹੋਊਗਾ ਉਸ ਦੇ ਤੌਰ ਦੇ ਉੱਤੇ ਨੇ ਉਹਨਾਂ ਨੇ ਕਿਹਾ, ਮੈਂ ਇਹ ਕਾਨੂੰਨ ਤਾਂ ਮੈਨੂੰ ਵੀ ਨਹੀਂ ਪਤਾ ਸੀ, ਪਰ ਮੈਂ ਆਪਣੇ ਵੱਲੋਂ ਜ਼ਰੂਰ ਮੂਸੇਵਾਲਾ ਜੀ ਔਰ ਉਹਨਾਂ ਦੀ ਧਰਮ ਪਤਨੀ ਨੂੰ ਬਹੁਤ ਬਹੁਤ ਵਧਾਈ ਦਿੰਦੀ। ਅਤੇ ਉਹ ਵੀ ਖਿਲਾਫ ਹੋ ਗਏ ਨੇ, ਉਹਨਾਂ ਨੇ ਕਿਹਾ ਵੀ ਜਿਹੜੇ ਮੈਂ ਤਾਂ ਪਹਿਲਾਂ ਕਿਹਾ ਸੀ ਪੋਲਿਸੀ ਗਲਤ ਆ, ਫਿਰ ਇਹਨਾਂ ਨੇ ਪੋਲਿਸੀ ਬਣਾ ਕੇ ਵੱਡਾ ਕਰਪਸ਼ਨ ਕੀਤੀ ਆ। ਕਿਸ ਤਰ੍ਹਾਂ ਦੇ ਅੰਨੇ ਹਜ਼ਾਰੇ ਮੇਨ ਸੀ ਇਹਨਾਂ ਦੇ? ਚਲੋ, ਅੰਨਾ ਹਜ਼ਾਰੇ ਜੀ ਬਹੁਤ ਹੀ ਰਿਸਪੈਕਟਿਡ ਔਰ ਸੋਸ਼ਲ ਐਕਟਿਵਿਸਟ ਹੈਗੇ ਨੇ, ਤਾਂ ਉਹਨਾਂ ਨੇ ਜੋ ਕਿਹਾ ਕੁਝ ਸੋਚ ਸਮਝ ਕੇ ਹੀ ਕਿਹਾ ਹੋਣਾ। ਇਸ ਦੇ ਉੱਤੇ ਮੈਂ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਇਹ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ ਔਰ ਹੁਣ ਜੋ ਕਾਨੂੰਨ ਡਿਸਾਈਡ ਕਰੇਗਾ ਉਹੀ ਹੋਏਗਾ। ਤੁਹਾਡੀ ਰਾਏ ਮੁਤਾਬਕ ਕੀ ਲੱਗਦਾ ਜੀ? ਮੇਰੀ ਰਾਏ ਹੈ ਨਹੀਂ, ਮੈਂ ਲਾਇਰ ਨਹੀਂ ਹਾਂ ਜੀ। ਉਹ ਕਹਿੰਦੇ ਬੀਜੇਪੀ ਕਰਾ ਰਹੀ ਹੈ ਸਾਰਾ ਕੁਝ, ਜੋ ਕੁਝ ਕਰਾ ਰਹੀ ਆ ਬੀਜੇਪੀ ਕਰਾ ਰਹੀ ਹੈ, ਤੁਸੀਂ ਵੀ ਹੁਣ ਬੀਜੇਪੀ 'ਚ ਸ਼ਾਮਿਲ ਹੋ ਚੁੱਕੇ ਹੋ, ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਜਿਹੜੇ ਵੀ ਵਿਧਾਇਕ ਨੇ ਜਾਂ ਮੰਤਰੀ ਨੇ ਉਹੀ ਗੱਲ ਕਹਿ ਰਹੇ, ਧਰਨਾ ਚੱਲ ਰਹੇ ਮੋਹਾਲੀ। ਚਲੋ, ਉਹ ਤਾਂ ਪੋਲੀਟੀਸਾਈਜ਼ ਕਰ ਰਹੇ ਹੈ, ਇਹ ਈਡੀ ਦਾ ਮਾਮਲਾ ਹੈ ਜੀ, ਇਹ ਇਹੋ ਜਿਹਾ ਜਿਹੜਾ ਮਾਮਲਾ ਹੈ, ਜਿਹੜੀ ਮਰਜ਼ੀ ਤੁਸੀਂ ਪਾਰਟੀ ਨੂੰ ਬਿਲੋਂਗ ਕਰੋ, ਜੋ ਵੀ ਹੈ, ਜੋ ਗਵਰਨਮੈਂਟ ਦਾ ਕੰਮ ਹੈ ਉਹ ਗਵਰਨਮੈਂਟ ਕਰ ਰਹੀ ਹੈ। ਅਰਵਿੰਦ ਕੇਜਰੀਵਾਲ ਦੀ ਜਿਹੜੀ ਗ੍ਰਿਫਤਾਰੀ ਹੈ ਉਹਦੇ ਸੰਬੰਧ 'ਚ ਕੀ ਕਹਿਣਾ ਚਾਹੋਗੇ? ਦੇਖੋ, ਕਿਸੇ ਵਜ੍ਹਾ ਕਰਕੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ, ਕੋਰਟ ਦੇ ਵਿੱਚ ਬਹਿਸ ਹੋ ਰਹੀ ਹੈ ਇਸ ਟਾਈਮ, ਔਰ ਕੋਈ ਉਹਨਾਂ ਨੇ ਸਬੂਤ ਲੈ ਕੇ ਹੀ ਇੱਕ ਚੀਫ ਮਿਨਿਸਟਰ ਨੂੰ ਗ੍ਰਿਫਤਾਰ ਕੀਤਾ ਹੈ। ਤਾਂ ਦੇਖੋ ਕੋਰਟ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ, ਉਹ ਦੇਖਦੇ ਹਾਂ। ਪਹਿਲੇ ਤਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਕੋਈ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੁੰਦਾ, ਔਰ ਜੇ ਇਹ ਬੀਜੇਪੀ ਦੀ ਸਰਕਾਰ ਹੈ, ਇਹ ਸਰਕਾਰ ਦੀ ਹੀ ਇੱਕ ਏਜੰਸੀ ਈਡੀ ਜਿਹੜੀ ਇੰਡੀਪੈਂਡੈਂਟਲੀ ਕੰਮ ਕਰਦੀ ਹੈ, ਉਹਨਾਂ ਨੇ ਸਾਰੇ ਸਬੂਤ ਲੈ ਕੇ 9 ਵਾਰ ਇਹਨੂੰ ਬੁਲਾਇਆ, ਇਹ ਗਿਆ ਨਹੀਂ। ਕਿਉਂ ਨਹੀਂ ਗਿਆ? ਜੇ ਬਿਲਕੁਲ ਨਿਰਦੋਸ਼ ਸੀ ਤਾਂ ਜਾ ਕੇ ਪੇਸ਼ ਕਰ ਦਿੰਦਾ, ਅਤੇ ਇਹ ਨੌਬਤ ਵੀ ਨਾ ਆਉਂਦੀ ਅੱਜ। ਸੋ ਜੋ ਹੋ ਰਿਹਾ ਹੈ ਉਹ ਕਾਨੂੰਨ ਦੇ ਰਾਹੀਂ ਹੋ ਰਿਹਾ ਹੈ,
ਔਰ ਮੈਂ ਤਾਂ ਕਹਿਣਾ ਚਾਹੁੰਦੀ ਹਾਂ ਭਗਵੰਤ ਮਾਨ ਜੀ ਨੂੰ ਕਿ ਇੱਥੇ ਵੀ ਤੁਸੀਂ ਕਾਂਗਰਸ ਵਾਲਿਆਂ ਨੂੰ ਦੂਜਿਆਂ ਨੂੰ ਇਸ ਤਰ੍ਹਾਂ ਹੀ ਚੱਕ ਚੱਕ ਕੇ ਲੈ ਕੇ ਅੰਦਰ ਗਏ ਹੋ ਤਾਂ ਹੁਣ ਉੱਥੇ ਕਿਉਂ ਰੋ ਰਹੇ ਹੋ ਤੁਸੀਂ? ਦੇਖੋ ਮੇਰੇ ਮੁਤਾਬਿਕ ਇਹ ਲੈਟਰ ਨਹੀਂ ਆਉਣਾ ਚਾਹੀਦਾ ਸੀ, ਕਿਉਂਕਿ ਇਹ ਪਤਾ ਨਹੀਂ ਕੋਈ ਕਾਨੂੰਨ ਹੋਗਾ ਉਸਦੇ ਤੌਰ ਦੇ ਉੱਤੇ ਨੇ ਉਹਨਾਂ ਨੇ ਕਿਹਾ, ਮੈਂ ਇਹ ਕਾਨੂੰਨ ਤਾਂ ਮੈਨੂੰ ਵੀ ਨਹੀਂ ਪਤਾ ਸੀ, ਪਰ ਮੈਂ ਆਪਣੇ ਵੱਲੋਂ ਜ਼ਰੂਰ ਮੂਸੇਵਾਲਾ ਜੀ ਔਰ ਉਹਨਾਂ ਦੀ ਧਰਮ ਪਤਨੀ ਨੂੰ ਬਹੁਤ ਬਹੁਤ ਵਧਾਈ ਦਿੰਦੀ। ਅਤੇ ਉਹ ਵੀ ਖਿਲਾਫ਼ ਹੋ ਗਏ ਨੇ, ਉਹਨਾਂ ਨੇ ਕਿਹਾ ਵੀ ਜਿਹੜੇ ਮੈਂ ਤਾਂ ਪਹਿਲਾਂ ਕਿਹਾ ਸੀ ਪੋਲਸੀ ਗਲਤ ਆ, ਫਿਰ ਇਹਨਾਂ ਨੇ ਪੋਲਸੀ ਬਣਾ ਕੇ ਵੱਡਾ ਕਰਪਸ਼ਨ ਕੀਤੀ ਆ। ਕਿਸ ਤਰ੍ਹਾਂ ਦੇ ਅੰਨੇ ਹਜ਼ਾਰੇ ਮੇਨ ਸੀ ਇਹਨਾਂ ਦੇ? ਚਲੋ ਅੰਨਾ ਹਜ਼ਾਰੇ ਜੀ ਬਹੁਤ ਹੀ ਰਿਸਪੈਕਟਿਡ ਔਰ ਸੋਸ਼ਲ ਐਕਟੀਵਿਸਟ ਹੈਗੇ ਨੇ, ਤਾਂ ਉਹਨਾਂ ਨੇ ਜੋ ਕਿਹਾ ਕੁਛ ਸੋਚ ਸਮਝ ਕੇ ਹੀ ਕਿਹਾ ਹੋਣਾ।